ਮੁੱਲ 32-32 ਹਜ਼ਾਰ ਦੀ ਦੇ ਦਾਂਗੇ। 32-32 64 ਹਜ਼ਾਰ ਦਾ ਜੋੜਾ, 64 ਹਜ਼ਾਰ ਦਾ ਜੋੜਾ ਦੇ ਦਾਂਗੇ। ਠੀਕ ਆ, ਮੌਕੇ 68 ਕਰ ਦਈਏ, ਵੇਖ ਲਓ ਕਰ 65 ਹਜ਼ਾਰ ਦੀ ਦੇ ਦਾਂਗੇ ਭਾਜੀ, ਮੌਕੇ ਤੇ ਮਾਣ ਕਰ ਦਿਓ। ਨੀਲੀ ਰਾਵੀ ਇੱਕ ਲੱਭ ਕੇ ਪਾਉਂਦੇ ਆ ਤੇ 100 ਵੀਰ ਦਾ ਫੋਨ ਆਉਂਦਾ। ਅੱਜ ਵੀ ਨੀਲੀ ਰਾਵੀ ਦੇ 20 ਤਰੀਕ ਵਾਲੀ ਦੇ ਫੋਨ ਆਉਣ ਡਏ ਆ, 14 ਤਰੀਕ ਵਾਲੀ ਦੇ ਵੀ ਵੀਰ ਪੁੱਛਦੇ ਆ। ਠੀਕ 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 ਆ, ਤੇ ਜਿਹੜੀ 8 ਤਰੀਕ ਦੀ ਆ ਉਹਦੇ ਵੀ ਪੁੱਛਦੇ ਆ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਆ ਪਿੰਡ ਠਵਾਲ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਸਾਹਿਬ। ਇਸ ਘਰ 'ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ, ਅੱਜ ਫੇਰ ਪਹੁੰਚੇ ਹਾਂ ਭਾਜੀ ਹੋਣਾ ਕੋਲ। ਟੋਟਲ 12-13 ਤੋਂ 15 ਮੱਝਾਂ ਵਕਾਊ ਨੇ ਜਿਹੜੀਆਂ ਤਾਜ਼ੀਆਂ ਸੋਈਆਂ, ਬਹੁਤ ਹੀ ਟੌਪ ਦੀਆਂ ਮੱਝਾਂ ਹਰ ਵੇਲੇ ਤੇ ਇੱਥੇ ਹਾਜ਼ਰੀ ਹੁੰਦੀਆਂ, 10-12 ਮੱਝਾਂ ਹੁੰਦੀਆਂ ਵਾ ਜੀ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਏ ਸਵਾਏ ਪਸ਼ੂ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਭਾ ਨਾ ਰਹਿ ਸਕੇ। ਆਪਾਂ ਰਾਣੇ ਵੀਰ ਨਾਲ ਗੱਲਬਾਤ ਕਰਾਵਾਂਗੇ, ਇਹਨਾਂ ਸਾਰੀਆਂ ਮੱਝਾਂ ਡਿਟੇਲ ਲਵਾਂਗੇ ਜੀ, ਬਹੁਤ ਚੰਗੀ ਕੁਆਲਿਟੀ ਦੀਆਂ ਮੱਝਾਂ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਪਿੰਡਰ ਸਾਹਿਬ, ਕੀ ਹਾਲ ਚਾਲ ਜੇ? ਵਧੀਆ ਠੀਕ ਠਾਕ, ਤੁਸੀਂ ਸੁਣਾਓ ਜੀ? ਬਸ ਕਿਰਪਾ ਮਾਲਕ ਦੀ, ਹੋਰ ਸੁਣਾਓ ਘਰ ਪਰਿਵਾਰ ਠੀਕ ਠਾਕ ਸਭ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਚਲੋ ਬਹੁਤ ਵਧੀਆ, ਕਿੱਥੇ ਘਰਤਾ ਮਾਲ ਸਾਰਾ? ਮਾਲ ਮਹਾਰਾਜ ਦੀ ਕਿਰਪਾ ਵਾ, ਗੁਰੂ ਨਾਨਕ ਪਾਤਸ਼ਾਹ ਦੀ। ਹਾਂਜੀ, ਤੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਮਾਣ ਸਤਿਕਾਰ ਦਿੰਦੇ ਆ ਜੀ। ਮਾਨਸਾ, ਪਟਿਆਲਾ, ਜਲੰਧਰ, ਨਕੋਦਰ, ਠੀਕ ਆ, ਲੁਧਿਆਣਾ। ਹਾਂਜੀ, ਪਿਆਰ ਹੀ ਬਹੁਤ ਕਰਦੇ ਤੁਹਾਨੂੰ ਤੇ। ਅੱਜ ਇੱਕ ਮੇਰੀ ਭੈਣ ਬਾਬੇ ਸ਼ਹੀਦਾ ਸਾਹਿਬ ਮੱਥਾ ਟੇਕ ਕੇ ਬਾਗੇ ਪੁਰਾਣੇ ਤੋਂ ਆਉਣ ਡਏ ਆ। ਅੱਛਾ, ਤੇ ਇੱਕ ਉਹਨਾਂ ਨੇ ਫੋਨ ਕੀਤਾ ਵਾ ਵੀਰਾਂ ਨੇ, ਉਹਨਾਂ ਵੀਡੀਓ ਤੇ ਮੰਗਾਉਣੀ। ਠੀਕ ਆ, ਕਹਿੰਦੇ ਵੀਡੀਓ ਵੇਖ ਕੇ ਮੰਗਾਉਣੀ। ਹਾਂ, ਉਹ ਆਂਦੇ ਵੀਡੀਓ ਪਾ ਦੋ ਤੇ ਮੱਝ ਭੇਜ ਦੋ, ਅੱਗੇ ਉਹਨਾਂ ਕੋਲ 2 ਮੱਝਾਂ ਗਈਆਂ ਵਾ। ਠੀਕ ਆ, ਉਹ ਆਂਦੇ ਵੀਰ ਜੀ ਸਾਨੂੰ ਯਕੀਨ ਆ ਅਸੀਂ ਆਉਣਾ ਨਹੀਂ ਜੀ। ਮੁੱਲ ਤੁਹਾਡੇ ਹਿਸਾਬ ਨਾਲ ਹੁੰਦੇ ਆ ਤੇ ਪਹੁ ਤੁਹਾਡੇ ਬਹੁਤ ਚੰਗੇ ਹੁੰਦੇ ਆ। ਮੁੱਲ ਜਾਇਜ਼ ਪਾਉਣਾ ਵਾ। ਹਾਂਜੀ, ਤੇ ਜੋ ਹੋਊਗਾ ਸੱਚ ਦੱਸ ਕੇ ਹੀ ਦੇਣਾ ਵੀ। ਐਡਰੈਸ ਦੱਸ ਦਿਓ ਜੀ ਜੇਕਰ। ਡਰੈਸ ਅਠਵਾਲ ਪਿੰਡ ਹੈ ਵੀਰ ਜੀ, ਨਾਗੀਣਾ ਸਾਹਿਬ ਗੁਰਦੁਆਰੇ ਦੇ ਲਾਗੇ ਆ। ਹਾਂਜੀ, ਮੈਤੇ ਤੋਂ ਅਰਜਨ ਮਾਂਗਾ ਲੰਘ ਕੇ ਮੇਰਾ ਪਿੰਡ ਹੈ 6 ਕਿਲੋਮੀਟਰ ਜੀ। ਬਟਾਲੇ ਤੋਂ 9 ਕਿਲੋਮੀਟਰ ਆ। ਹਾਂਜੀ, ਅੰਮ੍ਰਿਤਸਰ ਵੱਲਾ ਮੰਡੀ ਤੋਂ 30 ਕਿਲੋਮੀਟਰ ਆ। ਠੀਕ ਹੈ ਜੀ, ਨਾਮ ਦੱਸ ਦਿਓ ਵੀਰ ਜੀ ਆਪਣਾ। ਮੇਰਾ ਰਣਜੀਤ ਸਿੰਘ ਰਾਣਾ ਜੀ। ਠੀਕ ਆ, ਫੋਨ ਨੰਬਰ ਦੱਸ ਦਿਓ ਜੀ। 9777-94-43 ਜੀ। ਠੀਕ ਹੈ, ਅੱਜ ਬੱਚਿਆਂ ਨੂੰ ਛੁੱਟੀ ਹੈ। ਅੱਜ ਬੱਚਿਆਂ ਨੂੰ ਛੁੱਟੀ ਆ, ਬੱਚਿਆਂ ਦੇ ਵੀ ਅਸੀਂ ਵੀ ਵੀਡੀਓ ਬਣਾਉਣੀ ਆ। ਠੀਕ ਹੈ ਜੀ, ਠੀਕ ਹੈ, ਸਹੀ ਆ। ਕਰੀਏ ਸ਼ੁਰੂਆਤ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ। ਹਾਂਜੀ ਭਾਜੀ, ਤੇ ਕਿੰਨੇ ਅੱਜ ਆਪਣੇ ਕੋਲ ਪਸ਼ੂ? ਅੱਜ ਮਾਲਕ ਪਾਤਸ਼ਾਹ ਦੀ ਕਿਰਪਾ ਵਾ, ਗੁਰੂ ਨਾਨਕ ਪਾਤਸ਼ਾਹ ਦੀ, ਪਸ਼ੂ ਆਪਣੇ ਕੋਲ 17-18 ਵਾ ਜੀ, ਤੇ 11 ਕੁ ਪਸ਼ੂ ਪਾ ਦਾਂਗੇ। 11 ਵੀਡੀਓ ਤੇ ਪਾਉਣੇ? ਹਾਂ, 9-10 ਮੱਝਾਂ ਪਾ ਦਾਂਗੇ ਜੀ, ਇੱਕ ਸਾਹੀਵਾਲ ਕ੍ਰਾਸ ਵੈੜ ਪਾਵਾਂਗੇ, ਦੂਜਾ ਸੂਆ ਤਿਆਰ 5-4 ਦਿਨ ਖੜਦੇ। ਠੀਕ, ਸੀਲ ਠੰਡੀ ਜਮਾ। ਤੇ ਸੂਈਆਂ ਤਾਜ਼ੀਆਂ ਕਿੰਨੀਆਂ? ਸੂਈਆਂ ਤਾਜ਼ੀਆਂ 8 ਪਾ ਦਾਂਗੇ। ਠੀਕ ਆ ਜੀ, ਤੋਰੀਏ ਫੇਰ ਨੂੰ ਪਹਿਲੇ ਨੰਬਰ ਵਾਲੀ ਨੂੰ ਤੋਰੋ। ਸੂਆ ਭਾਜੀ ਕਿਨਵਾ ਇਹਦਾ? ਇਹ ਸੂਆ ਭਾਜੀ ਦੂਸਰਾ ਜੇ। ਠੀਕ ਆ ਜੀ, ਦੂਸਰਾ ਸੂਆ। ਠੀਕ ਆ, ਦੇਣ ਕੇ ਸੂਈ ਆ? ਨਾ ਨਾ, ਗੱਬਣ ਭਾਜੀ, ਇਹ ਗੱਬਣ ਆ। ਠੀਕ ਆ, ਆ ਜਾਓ ਗੱਬਣ। ਦੇਣ ਕਿੰਨੇ ਕੁ ਲੈ ਜੂਗੀ? ਦਿਨ 4-5 ਲੈ ਜੂ ਭਾਜੀ, 4 ਤੋਂ 5 ਦਿਨ ਲੈ ਜੂਗੀ। ਠੀਕ ਆ ਜੀ, ਤੇ ਬਾਕੀ ਦੁੱਧ ਦਾ ਰਿਕਾਰਡ ਕਿੰਨਾ ਕੁ ਇਹਦਾ? ਦੁੱਧ ਭਾਜੀ 13 ਕੁ ਕਿਲੋ ਚ ਹੋਇਆ ਇਹਦੇ ਕੋਲ ਪਹਿਲਣ ਕੋ। ਐਰਕਾ ਚੰਗਾ ਚਾਹੂ ਫੇ? ਹਾਂਜੀ, ਐਰਕਾ 14+ ਜਾਊਗੀ 15। ਠੀਕ ਹੈ ਜੀ, ਬਾਕੀ ਹੈ ਚੰਗੀ ਸੋਹਣੀ ਸੁਨੱਖੀ ਹੈ, ਕੱਦ ਕਾਟ ਬੇਲ ਦੀ ਕਾਫੀ ਲੰਮੀ ਹੈ ਜੀ। ਹਾਂਜੀ, ਠੀਕ ਹੈ ਜੀ, ਤੇ ਇਹਦਾ ਕਿੰਨਾ ਕਰਨਾ ਜੀ ਮੁੱਲ? ਮੁੱਲ ਜੈ ਜੀ ਆਪਾਂ ਪਿੰਡਰ ਸਾਹਿਬ ਪਾ ਦੇਣੇ ਆ। ਦੱਸੋ ਮੁੱਲ 2-90। ਠੀਕ ਆ, ਮਾਣ ਤਾਣ ਕਰ ਦੋਗੇ? ਮਾਣ ਤਾਣ ਕਰਾਂਗੇ ਵੀਰ ਜੀ, 1000 ਛੋੜ ਕਰ ਦਾਂਗੇ। ਠੀਕ ਹੈ ਜੀ,
ਖੁੱਲਾ ਜੀ ਖੁੱਲਾ। ਵੀਰ ਜੀ ਜੇ ਕੋਈ ਵੀਰ ਜ਼ਿਆਦਾ ਦੂਰ ਹੋਊਗਾ ਮਾਨਸਾ ਬਠਿੰਡਾ ਪਟਿਆਲਾ ਏਰੀਆ ਉਹਨੂੰ 2000 ਰੁਪਇਆ ਛੋਟ ਕਰ ਦੂ। ਠੀਕ ਆ ਜੀ ਠੀਕ ਆ ਸਹੀ ਆ ਜੀ। ਆ ਦੂਜੇ ਨੰਬਰ ਵਾਲੀ ਜਿਹੜੀ ਆ ਸੂਈ ਭਾਜੀ, ਇਹ ਸੂਈ ਆ ਭਾਜੀ ਅੱਜ ਚੌਥਾ ਦਿਨ ਸੂਈ ਨੂੰ ਦੂਜਾ ਸੂਆ ਜੀ, ਦੂਜਾ ਸੂਆ ਪਿੱਠ ਬੜਾ ਚੰਗਾ ਚੌੜਾ ਇਹਦਾ। ਹਾਂਜੀ ਆ ਫੇਸ ਕੁਆਲਿਟੀ ਚੰਗੀ। ਬੱਚਾ ਕੀ ਮਗਰੇ ਦੇ? ਬੱਚਾ ਕੱਟੀ ਆ ਲੋਹੇ ਰੰਗ ਦੀ ਇਹਦੀ। ਠੀਕ ਆ ਲੋਹੇ ਰੰਗ ਦੀ ਕੱਟੀ ਆ। ਹਾਂਜੀ ਇਹ ਵੀ ਚੰਗੀ ਚੌੜੀ ਆ ਹਨਾ। ਹਾਂਜੀ ਦੁੱਧ ਕਿੰਨਾ ਇਹਦੇ ਕੋਲ ਇਸ ਟਾਈਮ ਤੇ? ਇਹਦੇ ਕੋਲ ਭਾਜੀ 10-11 ਕਿਲੋ ਬੌਲਾ ਜੀ। 10-11 ਕਿਲੋ ਬੌਲਾ ਲੈ ਜਾਓ ਲੈ ਜਾਓ ਲੈ ਜਾਓ ਜਾਣ ਦੋ। ਇਹ ਜਿਹੜੇ ਵੀਰ ਖੁੱਲਾ ਦੁੱਧ ਚ ਖਾਣ ਪੀਣ ਦੇ ਸ਼ੌਕੀਨ ਆ ਨਾ ਉਹਨਾਂ ਲਈ ਆ, ਉਹਨਾਂ ਲਈ ਤੋਹਫਾ ਵਾ। ਠੀਕ ਆ ਕੱਟੀ ਆ ਵਾ ਦੀ, ਕੱਟੀ ਆ ਪਹਿਲੇ ਨੰਬਰ ਵਾਲੀ ਆ ਵੇਖੋ ਜੀ ਕੱਟੀ ਚੈੱਕ ਕਰੋ, ਕੱਟੀ ਵੀ ਸੋਹਣੀ ਆ ਜੀ ਪੂਰੀ। ਤੇ ਕਿੰਨਾ ਕੁ ਭਾਜੀ ਦੁੱਧ ਚਵਾਈ ਜਾਊਗੀ ਇਹ? ਦੁੱਧ 15-16 ਕਿਲੋ। 15-16 ਕਿਲੋ ਦੁੱਧ ਚਵਾਈ ਜਾਊਗੀ। ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਜਾਇਜ਼ ਤੁਸੀਂ ਕਰ ਦੋ, ਦੱਸੋ ਜਾਇਜ਼ ਆ ਤੁਸੀਂ। 1-15 ਕਰ ਦਈਏ, ਛੋਟ ਕਿੰਨੀ ਕਰ ਦੋਗੇ? 5000 ਰੁਪਇਆ ਛੋਟ ਕਰ ਦਾਂਗੇ। 1-10 ਦੀ? 1-10 ਦੀ ਦੇ। ਮੌਕੇ ਤੇ ਛੋਟ ਕਰ ਦੋਗੇ ਉੱਚੋਂ ਵੀ? ਉਹ ਤੋਂ ਮਾਨਦਾਨ ਜ਼ਰੂਰ ਕਰਾਂਗੇ। ਖਾਣਾ ਦੀ ਕੋਈ ਬਾਤ ਘੱਟ ਨਹੀਂ ਹੈਗੀ ਜੀ? ਬਿਲਕੁਲ ਚੋ ਕੇ ਖੜਨ, ਤਸੱਲੀ ਕਰਕੇ ਖੜਨ, ਸੀਲ ਠੰਡੀ ਆ, ਧਾਰ ਰੂੰ ਵਰਗੀ ਪੋਲੀ ਬਿਲਕੁਲ। ਠੀਕ ਆ ਜੀ ਠੀਕ ਆ, ਬਾਕੀ ਚੰਗੀ ਸੋਹਣੀ ਫੱਬਦੀ ਆ ਜੀ। ਹਾਂਜੀ ਠੀਕ ਹੈ। ਤੀਜੇ ਨੰਬਰ ਵਾਲੀ ਸੂਈ ਕਸੂਣ ਵਾਲੀ ਆ? ਇਹ ਵੀ ਸੂਈ ਆ ਜੀ। ਸੂਈ ਇਹਦਾ ਬੱਚਾ ਕੀ ਆ ਮਗਰ? ਇਹਦੇ ਮਗਰ ਕੱਟਾ ਜੀ, ਕੱਟਾ ਮਗਰ ਆ। ਬਾਕੀ ਬੱਚੇ ਆ ਸਾਰੇ ਕੂਲੇ ਹੀ ਆ। ਆ ਵੇਖੋ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਤੀਸਰਾ ਦਿਨ ਆ ਜੀ। ਤੀਸਰਾ ਦਿਨ ਤੇ ਕਿੰਨਾ ਦੁੱਧ ਇਹਦੇ ਕੋਲ? ਇਹਦੇ ਕੋਲ ਬੋਲਾ ਹੈਗਾ ਜੀ 8-9 ਕਿਲੋ ਚ ਹੋਇਆ ਜੀ। 8-9 ਕਿਲੋ ਬੋਲਾ ਇਹਦੇ ਕੋਲ ਹਨਾ। ਹਾਂਜੀ ਬਾਕੀ ਚੰਗੀ ਸੋਹਣੀ ਆ ਵੀ, ਰੰਗ ਬਾਜ ਆ ਝੋਟੀ ਦਾ, ਸਿੰਗ ਵਿਖਾਈਏ ਕਿੱਡਾ ਸੋਹਣਾ ਲੱਗਾ। ਆ ਵੇਖੋ ਜੀ ਸਿੰਗ ਦੀ ਕੁਆਲਿਟੀ ਚੈੱਕ ਕਰੋ, ਬਹੁਤ ਹੀ ਕੁਆਲਿਟੀ ਦਾ ਸਿੰਗ ਲੱਗਾ ਜੀ। ਬਾਕੀ ਐ ਫੱਬਦੀ ਆ ਪੂਰੀ। ਹਾਂਜੀ ਲੈ ਜਾਓ ਜੀ ਲੈ ਜਾਓ। ਕਿੰਨਾ ਕੁ ਚਵਾਈ ਜਾਊਗੀ ਦੁੱਧ? ਦੁੱਧ 13-14 ਕਿਲੋ ਪਿੰਡਰ ਸਾਹਿਬ ਚਵਾਊਗੀ। ਠੀਕ ਆ ਬਾਕੀ ਰੰਗ ਬੜਾ ਝੋਟੀ ਦਾ ਹਨਾ, ਝੋਟੀ ਖਾਲੀ ਕਰਤੀ ਸਾਰੀ ਸਵੇਰੇ। ਠੀਕ ਆ ਸਹੀ ਆ। ਥਣਾ ਦੀ ਕੋਈ ਵਾਲ ਘੜਨੀ ਹੈਗੀ ਜੀ? ਬਿਲਕੁਲ ਜਮਾ ਚਵਾਈ ਰੂੰ ਵਰਗੀ ਪੋਲੀ ਆ। ਠੀਕ ਆ ਗਰੰਟੀ ਵਾਲਾ ਕੰਮ ਆ। ਮੁੱਲ? ਮੁੱਲ ਜਾਇਜ਼ ਹੀ ਕਰ ਦੇਣਾ। ਦੱਸੋ? 1,02,000 ਰੁਪਇਆ। ਮਾਨਦਾਨ? 2000 ਛੱਡ ਦਾਂਗੇ ਪੂਰੇ ਲੱਖ ਦੀ। ਪੂਰੇ ਦੀ ਛੋੜ ਕਰਾ ਲੈਣਾ ਫਿਰ ਭੈਣ ਭਰਾ? ਛੋੜ ਕਰਾ ਲੈਣਾ। ਠੀਕ ਆ ਜਿੰਨੀ ਕੁ ਬਣਦੀ ਹੋਈ ਆਪੇ ਕਰਾ ਲਿਓ। ਸੋਹਣੀ ਆ ਜੀ ਝੋਟੀ, ਜਿੰਨੀ ਵੀ ਹੈਗੀ ਆ ਕੁਆਲਿਟੀ ਚੰਗੀ ਆ ਝੋਟੀ ਦੀ, ਬਹੁਤ ਬੇਲ ਪਾਲ ਲੰਮੀ ਆ ਜੀ। ਬਾਕੀ ਇਹ ਹੈ ਕਿ ਦੁੱਧ ਵਾਲੀ ਝੋਟੀ ਆ, ਸਿੰਗ ਵੀ ਬਹੁਤ ਸੋਹਣਾ ਲੱਗਾ। ਆਹ ਜਿਹੜੀ ਅਗਲੀ ਇਹ ਸੂਈ ਕਸੂਣ ਵਾਲੀ ਆ ਜੀ? ਇਹ ਵੀ ਸੂਈ ਆ ਜੀ। ਇਹ ਵੀ ਸੂਈ ਆ, ਲੈ ਜਾਓ ਇਹਨੂੰ ਕਰੋ ਕੱਟੀ ਕੱਟੀ। ਆਹ ਕੱਟੀ ਆ ਜੀ ਇਹਦੀ। ਹਾਂਜੀ ਠੀਕ ਆ। ਤੇ ਕਿੰਨਾ ਕਾ ਭਾਜੀ ਇਹਦੇ ਕੋਲ ਦੁੱਧ ਹੋਣਾ? ਇਹਦੇ ਕੋਲ ਭਾਜੀ ਅੱਜ 5-7 ਦਿਨ ਸੂਈ ਨੂੰ 8 ਕਿਲੋ ਹੈਗਾ ਜੀ। 8 ਕਿਲੋ ਠੀਕ ਆ। ਦੱਸਣਾ ਆਪਾਂ ਉਹੀ ਆ ਜਿਹੜਾ ਹੈਗਾ ਵਾ ਸੂਆ, ਇਹਦਾ ਕਿੰਨਵਾ ਆਊਗਾ? ਸੂਆ ਦੂਜਾ, ਦੂਜਾ ਸੂਆ ਆਊਗਾ। ਬਾਕੀ ਚੰਗੀ ਆ ਵੀ, ਮੈਲਾ ਮੂਲਾ ਮਾਰ ਕੇ ਦੁੱਧ 10-11 ਕਿਲੋ ਚਵਾਊਗੀ। ਠੀਕ ਆ ਜੀ। ਬਾਕੀ ਇਹ ਆ ਕਿ ਸਿੰਗ ਸੁੰਗ ਵੀ ਬੜਾ ਸੋਹਣਾ ਲੱਗਾ ਇਹਦਾ ਵੀ। ਹਾਂਜੀ ਆ ਵੇਖੋ ਜੀ ਫੇਸ ਕੁਆਲਿਟੀ ਬੜੀ ਚੰਗੀ ਆ, ਬਾਕੀ ਸੋਹਣੀ ਸੁਨੱਖੀ ਪੂਰੀ ਆ, ਮਗਰ ਕੱਟੀ ਆ ਨਾ ਇਹਦੇ। ਹਾਂਜੀ ਠੀਕ ਆ ਜੀ। ਤੇ ਦੁੱਧ ਚਵਾਈ ਜਾਊ 12-13 ਕਿਲੋ ਕੁ ਜ਼ਿਆਦਾ ਚਵਾਊਗੀ? ਨਹੀਂ 12 ਕਿਲੋ। ਠੀਕ ਆ ਜੀ। ਵੱਧ ਸੇਵਾ ਤੇ ਭੈਣ ਭਰਾ ਚੋ ਲੈਣ ਉਹਨਾਂ ਦੀ ਮਰਜ਼ੀ ਆ, ਬਾਕੀ ਸਾਂਭ ਆ ਅਗਲੇ ਦੀ, ਸਾਂਭ ਅਗਲੇ ਦੀ ਜੀ। ਤੇ ਮੁੱਲ ਇਹਦਾ ਕਿੰਨਾ ਕਰਨਾ ਜੀ? ਮੁੱਲ ਜਾਇਜ਼ ਹੀ ਕਰ ਦਈਏ। ਦੱਸੋ? 82,000 ਰੁਪਇਆ। ਮਾਨਦਾਨ? 80 ਦੀ ਦੇ ਦਾਂਗੇ। ਉਹ ਚੋਂ ਛੋਟ ਕਰ ਦੋਗੇ? 80 ਚੋਂ ਛੋਟ ਕਰ ਦਾਂਗੇ। ਠੀਕ ਆ ਜੀ ਸਹੀ ਆ। ਅੱਗੇ ਨੀਲੀ ਰਵੀ ਆ ਗਈ। ਨੀਲੀ ਰਵੀ ਠੀਕ ਆ, ਇਹ ਵੀ ਸੂਈ ਤਾਜੀ, ਕੱਲ ਸਵੇਰ ਦੀ ਸੂਈ ਆ ਭਾਜੀ, ਕੱਲ ਸਵੇਰ ਦੀ ਸੂਈ ਆ। ਬਾਕੀ ਨਿਸ਼ਾਨੀਆਂ ਵੇਖ ਲਓ ਸਾਰੀਆਂ ਹੈਗੀਆਂ ਨੀਲੀ ਰਵੀ ਦੀਆਂ, ਹਵਾਨਾ ਬੜਾ ਸੋਹਣਾ ਲਈ ਫਿਰਦੀ ਆ ਇਹ। ਪਿੰਡਰ ਸਾਹਿਬ ਇਹਨੂੰ ਭਾਗ ਲਾਇਆ ਰੱਬ ਨੇ, ਸਾਫ ਸੁਥਰੀ 15 ਕਿਲੋ ਦੁੱਧ ਦੀ ਗਰੰਟੀ ਆ। ਠੀਕ ਆ 15 ਕਿਲੋ ਦੁੱਧ, 15 ਕਿਲੋ ਦੁੱਧ ਚਵਾਇਆ।
ਬਾਕੀ ਇਹ ਆ ਕਿ ਥਾਣ ਬੜਾ ਸਾਫ ਸੋਹਣਾ ਲੱਗਾ ਜੀ ਇਹਨੂੰ, ਆਹ ਵੇਖੋ ਬਾਕੀ ਹੈ ਵੀ ਦੁੱਧ ਵਾਲੀ ਆ ਜੀ, ਲੈ ਜਾਓ ਸੂਆ ਤੀਸਰਾ ਥਣ ਥਣਾ ਦੀ ਗਰੰਟੀ ਆ, ਦੰਦ ਖੁਰ ਦੀ ਪੂਰੀ ਕਾਇਮ ਆ। ਠੀਕ ਆ ਜੀ, ਚੰਗੀ ਆ। ਬੱਚਾ ਕੀ ਆ ਮਗਰੇ ਦੇ? ਕੱਟਾ ਭਾਜੀ, ਕੱਟਾ ਮਗਰ ਆ। ਠੀਕ ਆ, ਸਹੀ ਆ। ਬਾਕੀ ਚੰਗੀ ਸੋਹਣਾ ਲੇਵਾ ਤਿਆਰ ਐ, ਚਫ ਗਾਈਆਂ ਵਰਗਾ ਵਾ ਇਹਦਾ, ਹਨਾ। ਇਹਨਾਂ ਧਾਰ ਵੀ ਬਹੁਤ ਜ਼ਿਆਦੀ ਪੋਲੀ ਆ, ਧਾਰ ਵੀ ਪੋਲੀ। ਕੱਟਾ ਕਿਹੜਾ ਇਹਦਾ? ਕੱਟਾ ਵੇਖੋ ਸਾਹਮਣੇ ਖਲੋਤਾ, ਆਹ ਜਿਹੜਾ ਖਲੋਤਾ ਕੱਟਾ ਇਹਦਾ। ਠੀਕ ਆ, ਤੇ ਦੱਸੀਏ ਫੇਦਾ ਮੁੱਲ? ਮੁੱਲ ਆਪਾਂ ਜਾਇਜ਼ ਹੀ ਕਰ ਦੇਣਾ। ਕਿੰਨਾ ਗਾ? 66 ਕਰ ਦਈਏ, ਵੇਖ ਲਓ ਕਰ। 65,000 ਦੀ ਦੇ ਦਾਂਗੇ ਭਾਜੀ, ਮੌਕੇ ਤੇ ਮਾਂਗ ਕਰ ਦੋਗੇ? ਮੌਕੇ ਤੇ ਛੋੜ ਕਰੂੰਗਾ। ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ? ਦੁੱਧ 14-15 ਕਿਲੋ ਚਵਾਊਗੀ। ਠੀਕ ਆ, 14-15 ਕਿਲੋ ਦੁੱਧ ਚਵਾਈ ਜਾਣਾ। ਪਿੰਡ ਸਾਹਿਬ ਥਾਣ ਲੇਵਾ ਦੱਸਦਾ ਜੀ 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 ਜੀ। ਆਹ ਮੁੱਲ ਵਾਲੀ ਲੱਭਣੀ ਨੀ ਨਾ, 14-15 ਲੀਟਰ ਵਾਲੀ ਨੀਲੀ ਰਾਵੀ ਇੱਕ ਲੱਭ ਕੇ ਪਾਉਂਦੇ ਆ, ਤੇ 100 ਵੀਰ ਦਾ ਫੋਨ ਆਉਂਦਾ। ਅੱਜ ਵੀ ਨੀਲੀ ਰਾਵੀ ਦੇ 20 ਤਰੀਕ ਵਾਲੀ ਦੇ ਫੋਨ ਆਉਣ ਡਏ ਆ, 14 ਤਰੀਕ ਵਾਲੀ ਦੇ ਵੀ ਵੀਰ ਪੁੱਛਦੇ ਆ। ਠੀਕ 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 ਆ, ਤੇ ਜਿਹੜੀ 8 ਤਰੀਕ ਦੀ ਆ ਉਹਦੇ ਵੀ ਪੁੱਛਦੇ ਆ ਜੀ। ਤੇ ਬਾਕੀ ਦੁੱਧ ਇਹਨੇ ਚੰਗਾ ਚਵਾ ਜਾਣਾ ਵਾ। ਆਪਾਂ ਜਾਇਜ਼ ਮੁੱਲ ਪਾਉਣੇ ਆ ਪਿੰਡ ਸਾਹਿਬ ਭੈਣ ਭਰਾਵਾਂ ਨੂੰ। ਹੁਣ 14 ਲੀਟਰ ਵਾਲੀ 65,000 ਦੀ ਕਿੰਨੇ ਦੇ ਦੇਣੀ ਆ? ਮੈਂ ਦੇਣੀ 2,000 ਰੁਪਈਆ ਕਮਾਈ ਰੱਖ ਕੇ ਵੀਰ ਜੀ ਡੰਗਰ ਦਿੰਨੇ ਆ। ਜੀ 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 ਜੀ, ਆਪਾਂ ਨੂੰ ਇਹੋ ਜਿਹਾ ਕੋਈ ਨੀ ਭੈਣ ਭਰਾ ਆਉਂਦੇ ਆ। ਬਾਕੀ ਸੂਈ ਵੀ ਤਾਜ਼ੀ ਬਿਲਕੁਲ ਜੀ, ਕੱਲ ਸਵੇਰ ਦੀ ਸੂਈ ਜੀ। ਠੀਕ ਆ, ਤੋਰੋ ਜੀ ਅਗਲੀ ਵੀ ਆਉਣ ਦੋ। ਇਹ ਗੱਬਣ ਆ ਕਿ ਸੂਈ ਆ ਭਾਜੀ? ਇਹ ਗੱਬਣ ਆ ਭਾਜੀ, ਇਹ ਗੱਬਣ ਆ ਗਈ ਅੱਗੇ। ਬਾਕੀ ਇਹ ਵੀ ਸੋਹਣੀ ਸਨੈਖੀ ਪੂਰੀ ਆ, ਐ ਚੰਗੀ ਕੁਆਲਿਟੀ ਦੀ ਝੋਟੀ ਆ। ਚੈੱਕ ਕਰੋ ਸੂਆ ਭਾਜੀ, ਇਹਦਾ ਸੂਆ ਦੂਸਰਾ ਭਾਜੀ, ਦੂਜਾ ਸੂਆ। ਹਾਂ, ਮੁੱਠੀ ਵਾਲਾ ਥਾਣਾ, ਬਹੁਤ ਵਧੀਆ ਚਵਾਈ ਆ। ਹਾਂ, ਐ ਰੂੰ ਵਰਗੀ ਤਿੱਪਣ। ਬਾਕੀ ਐ ਕਿ ਬਹੁਤ ਹੀ ਸੋਹਣਾ ਥਾਣ ਲੱਗਾ ਭਾਜੀ। ਹਾਂ, ਡਿਜ਼ਾਈਨ ਬਹੁਤ ਸੋਹਣਾ, ਭਾਂਡਾ ਬਹੁਤ ਬਣਾਉਣ ਲਈ। ਜਿਹੜੇ ਚਾਰੇ ਥਾਣਾ ਐ ਸੋਹਣੇ ਆ, ਵੇਖੋ ਕਰੋ ਚੈੱਕ, ਥਾਣ ਇਹਦਾ ਕੁਆਲਿਟੀ ਵਾਲਾ ਵਾ। ਬਾਕੀ ਪਿੱਠ ਪੂੜਾ ਵੀ ਚੰਗਾ ਚੌੜਾ, ਸਫਾਈਆਂ ਪੂਰੀਆਂ। ਆਹ ਵੇਖੋ ਇਹ ਥਾਣ ਬਹੁਤ ਹੀ ਸੋਹਣਾ, ਮੁੱਠੀ ਦੀ ਚਵਾ ਵਾਲਾ ਵਾ, ਚੰਗਾ। ਤੇ ਦੱਸੀਏ ਭਾਜੀ ਫੇ ਕਿੰਨਾ ਕੁ ਦੁੱਧ ਪਾ ਦੇਣਾ ਪਿੰਡਰ ਸਾਹਿਬ? ਦੁੱਧ ਕਿੰਨਾ ਕੁ ਚਵਾਈ ਜਾਊ? ਦੁੱਧ 12 ਕਿਲੋ। ਠੀਕ ਆ, 12 ਲੀਟਰ ਦੁੱਧ ਚਵਾਊਗੀ। ਤੇ ਦਿਨ ਕਿੰਨੇ ਲੈ ਜੂ? ਦਿਨ 4-5 ਲੈ ਜੂ। ਠੀਕ ਆ, ਤੇ ਮੁੱਲ? ਜੈ ਜੀ ਬਿਲਕੁਲ, ਦੱਸੋ। 70,000 ਰੁਪਈਆ। ਮਾਣ ਤਾਣ ਕਰ ਦੋਗੇ? ਛੋੜ ਕਰੂ 500। ਠੀਕ ਆ, 70,000 ਚ 500। ਬਾਕੀ ਇਹ ਵੀ ਚੰਗੀ ਆ ਜੀ, ਕੁਆਲਿਟੀ ਦੀ ਆ, ਸੋਹਣੀ ਆ ਪੂਰੀ। ਬਾਕੀ ਭਰ ਜੂਗੀ ਅਜੇ ਹਵਾਨਾ ਹਨਾ। ਹੋਰ ਮੈਂ ਨਾ ਭੈਣ ਭਰਾਵਾਂ ਨੂੰ ਦੇਣ ਵਾਲੇ ਮੁੱਲ ਪਾਉਣੇ ਆ। ਜੀ 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 ਜੀ। ਬਾਕੀ ਜਿਹੜੇ ਮੁੱਲ ਤੁਹਾਡੇ ਕੋਲ ਬਣੇ ਕਿਤੇ ਹੁਣ ਲੱਭਦੇ ਹੋ? ਮੈਂ ਨਾ ਵੀਰ ਜੀ ਆਪਾਂ ਮੁੱਲ ਹੀ ਜਾਇਜ਼ ਪਾਉਣੇ ਆ, ਜਿਹੜੇ ਭੈਣ ਭਰਾ ਭੱਜੇ ਹੀ ਆਉਣ। ਜੀ ਜੀ ਜੀ। ਤੋਰੋ ਅਗਲੀ ਵੀ ਜੀ। ਇਹ ਗੱਬਣ ਕੇ ਸੂਈ ਆ ਜੀ? ਇਹ ਸੂਈ ਅੱਜ ਤੀਸਰਾ ਦਿਨ ਭਾਜੀ ਸੂਈ ਨੂੰ। ਬੱਚਾ ਕਿਹੜਾ ਇਹਦਾ ਜੀ? ਬੱਚਾ ਪਿੰਟਰ ਸਾਹਿਬ ਇਹਦਾ, ਆਹ ਬੱਚਾ, ਆਹ ਬੱਚਾ ਇਹਦਾ ਜੀ, ਕੱਟਾ ਮਗਰ, ਕੱਟਾ ਮਗਰ ਆ ਜੀ। ਕਿੰਨੇ ਕੁ ਦਿਨਾਂ ਦਾ ਸੂਆ ਆ ਗਿਆ ਜੀ ਇਹਦਾ? ਇਹਨੂੰ ਤੀਸਰਾ ਦਿਨ ਸੂਈ ਨੂੰ ਭਾਜੀ, ਅੱਜ ਤੀਸਰਾ ਦਿਨ ਹੋ ਗਿਆ ਸੂਈ ਨੂੰ। ਸੋਹਣੀ ਇਹ ਵੀ ਬੜੀ ਆ। ਹਾਂਜੀ, ਲੈ ਜਾਓ। ਬਾਕੀ ਰੰਗ ਬਾਜ ਝੋਟੀ ਆ, ਥਾਣੇ ਦਾ ਵੀ ਚੰਗਾ ਸੋਹਣਾ ਗੈਪ ਤੇ ਲੱਗਾ। ਹਾਂਜੀ, ਕਿੰਨਾ ਕੁ ਦੁੱਧ ਚਵਾਊਗੀ ਇਹ ਪਿੰਡ ਸਾਹਿਬ? ਦੁੱਧ 13 ਕੁ ਕਿਲੋ ਚਵਾਊਗੀ ਇਹ। 13 ਕਿਲੋ ਦੁੱਧ। ਬਾਕੀ ਫੇਸ ਕੁਆਲਿਟੀ ਚੈੱਕ ਕਰ ਲਓ, ਬੜੀ ਚੰਗੀ ਆ। 8-9 ਕਿਲੋ ਬੋਲਾ ਹੀ ਆ ਝੋਟੀ ਕੋ। ਹਾਂਜੀ, ਲੈ ਜਾਓ। ਸਮਰ ਇਹਨੂੰ ਆਜਾ ਤੂੰ। ਸੂਈ ਨੂੰ ਕਿੰਨੇ ਦਿਨ ਹੋਇਆ? ਸੂਈ ਨੂੰ ਅੱਜ ਤੀਸਰਾ ਦਿਨ ਭਾਜੀ, ਖਾਲੀ ਕਰਤੀ ਸਾਰੀ ਸਵੇਰ। ਠੀਕ ਆ, ਥਣਾ ਦੀ ਕੋਈ ਬਾਤ ਘਾਟ ਤੇ ਨਹੀਂ? ਮੈਂ ਨਾ ਰੂੰ ਵਰਗੀ ਚਵਾਈ ਆ ਭਾਜੀ, ਇੱਕ ਨੰਬਰ ਇੱਕ ਦੀ ਮੋਟਰ ਧਾਰਾ ਆਉਣ। ਬਾਕੀ ਜਿੱਦਾਂ ਕਹਿ ਦਿੰਦੇ ਗਾਈਆਂ ਨੂੰ ਫਿਕਸ ਆਰਡਰ ਲੱਗਾ ਹੁੰਦਾ, ਇਹਦਾ ਹਵਾਨਾ ਉਦਾਂ ਦਾ ਕਿੱਡਾ ਬਿਲਕੁਲ। ਮੈਂ ਨਾ ਪਿੰਡ ਬਹੁਤ ਹੀ ਸੋਹਣਾ ਵਾ ਹਨਾ। ਆਹ ਵੇਖੋ, ਕਰੋ ਚੈੱਕ, ਖਾਣ ਵੀ ਗੈਪ ਤੇ ਆ ਬਿਲਕੁਲ। ਤੇ ਦੱਸੀਏ ਫੇਰ ਦਾ ਮੁੱਲ? ਮੁੱਲ ਜਾਇਜ਼ ਹੀ ਕਰ ਦੇਣਾ। ਕਿੰਨਾ ਗਾ? 84,000 ਰੁਪਈਆ। ਮਾਣ ਤਾਣ? 2,000 ਰੁਪਈਆ ਛੋੜ ਕਰ। 82,000 ਦੀ? ਹਾਂਜੀ, ਛੋੜ ਕਰ ਦੇਵਾ ਥੋੜੀ ਬਹੁਤੀ, ਛੋੜ ਕਰਦਾ। ਬਾਕੀ ਕੋਈ ਵੀ ਭੈਣ ਭਰਾ ਫੋਨ ਜ਼ਰੂਰ ਕਰਿਆ ਕਰੋ, ਕੋਈ ਫਿਕਸ ਨਹੀਂ ਗੇ,
ਵਾਧਾ ਘਾਟਾ ਹੋ ਜਾਊਗਾ ਮੌਕੇ ਦੇ ਹਨਾ ਪਸੰਦ ਆਵੇ ਦਾਨ ਕਰਾਂਗੇ ਹਨਾ ਪਸੰਦ ਹੋਣਾ ਚਾਹੀਦਾ ਵਾ ਜੈ ਜੀ ਮੁੱਲ ਪਾਉਣੇ ਪਿੰਡ ਸਾਹਿਬ ਜੀ ਲੈ ਜਾਓ ਇਹਨੂੰ ਵੀ ਇਹ ਵੀ ਸੂਈ ਆ ਇਹਨੂੰ ਅੱਜ ਪੰਜਵਾਂ ਦਿਨ ਸੂਈ ਨੂੰ ਜੇ ਬੱਚਾ ਕਿਹੜਾ ਮਾ ਕਰੇ ਬੱਚਾ ਉਹ ਵੇਖੋ ਸਾਹਮਣੇ ਕੱਟੀ ਕੱਟੀ ਕੱਟਾ ਕੱਟੀ 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 ਸੋਹਣੀ ਆ ਜੀ ਆ ਜਾਓ ਆ ਵੇਖੋ ਜੀ ਇਹ ਵੀ ਚੰਗੀ ਸੋਹਣੀ ਸੁਨੱਖੀ ਆ ਜੀ ਥਾਣੇ ਦਾ ਚੰਗਾ ਕਡਮਾ ਲੱਗਾ ਹਵਾਨਾ ਚੈੱਕ ਕਰੋ ਜੀ ਇਹਦਾ ਕਰਮਾਲੀ ਦਾ ਆ ਵੇਖੋ ਕਿੰਨਾ ਇਹਦੇ ਕੋਲ ਦੁੱਧ ਭਾਜੀ ਇਹਦੇ ਕੋਲ ਭਾਜੀ 10 ਕਿਲੋ 10 ਕਿਲੋ ਦੁੱਧ ਤਿਆਰ ਵਾ ਹਾਂਜੀ ਠੀਕ ਆ ਲੈ ਜਾਓ ਦੁੱਧ 13-14 ਕਿਲੋ ਚਵਾਊਗੀ ਪਹਿਲਾਂ ਨੇ 13 ਕਿਲੋ ਕੱਢਿਆ ਯਾਰ ਕੀ ਦੂਸਰਾ ਸੂਆ ਜੇ ਠੀਕ ਆ ਦੂਸਰਾ ਸੂਆ ਹਾਂਜੀ ਥਾਣ ਥੂਣ ਓਕੇ ਆ ਸਾਰੇ ਮੈਂ ਨਾ ਬਿਲਕੁਲ ਠੀਕ ਆ ਜੀ ਬਾਕੀ ਹੈ ਸੋਹਣੀ ਆ ਫੱਬ ਦੀ ਪੂਰੀ ਮੈਂ ਨਾ ਜਮਾ ਹੀ ਰੂਮ ਵਰਗੀ ਪੋਲੀ ਚਵਾਈ ਆ ਸਾਰੀਆਂ ਚੰਗੀਆਂ ਜਿੰਨੀਆਂ ਹੈਗੀਆਂ ਕੋਈ ਵੀ ਨਹੀਂ ਮਾੜੀ ਆ ਵੇਖੋ ਕਰੋ ਚੈੱਕ ਠੀਕ ਆ ਇਹਦਾ ਦੱਸੀਏ ਫੇਰ ਕਿੰਨਾ ਕਰਨਾ ਮੁੱਲ ਮੁੱਲ ਜੈ ਜੀ ਪਾ ਦੇਣਾ ਪਿੰਡ ਸਾਹਿਬ ਆਪਾਂ ਦੱਸੋ ਫੇਰ ਮੁੱਲ 90,000 ਰੁਪਇਆ ਮਾਣ ਦਾਣ 2,000 ਰੁਪਇਆ ਛੋੜ ਕਰਦਾ ਕਿੰਨੇ ਦੀ ਹੋ ਗਈ 88 ਦੀ 88,000 ਦੀ ਉਹ ਚੋਂ ਛੋੜ ਕਰ ਦੋਗੇ ਛੋੜ ਕਰ ਦਾਂਗੇ ਠੀਕ ਆ ਜੀ ਬਾਕੀ ਚੰਗੀ ਸੋਹਣੀ ਕੁਆਲਿਟੀ ਦੀ ਆ ਝੋਟੀ ਚੈੱਕ ਕਰ ਲਓ ਬਾਕੀ ਇਹ ਕਿ ਫੱਬ ਦੀ ਆ ਪੂਰੀ ਜੀ ਆ ਜਿਹੜੀ ਆ ਸੂਈ ਕਿਸੂਣ ਵਾਲੀ ਇਹ ਸੂਈ ਆ ਕੱਲ ਦੀ ਕੱਲ ਦੀ ਸੂਈ ਬੱਚਾ ਮਗਰ ਇਹਦੇ ਮਗਰ ਕੱਟਾ ਜੀ ਕੱਟਾ ਮਗਰ ਆ ਜੀ ਆ ਵੇਖੋ ਐ ਘੋੜੇ ਵੇਚ ਕੇ ਸੁੱਤਾ ਜੀ ਕੱਟੀ ਆ ਕੱਟੀ ਆ ਠੀਕ ਆ ਪੈ ਜਾਂਦਾ ਭੁਲੇਖਾ ਕੋਈ ਗੱਲ ਨੀ ਜਾਣ ਦੋ ਕੱਦ ਕਾਠ ਇਹਦਾ ਵੀ ਚੰਗਾ ਸੋਹਣਾ ਰੰਗ ਬਾਜ ਆ ਪੂਰੀ ਆ ਵੇਖੋ ਜੀ ਸੋਹਣੀ ਆ ਕੱਦ ਕਾਠ ਇਹਦਾ ਵੀ ਚੰਗਾ ਜੀ ਇਹਦਾ ਸੂਆ ਕਿਨਵਾ ਜੀ ਇਹ ਤੀਸਰਾ ਸੂਆ ਭਾਜੀ ਤੀਸਰਾ ਸੂਆ ਆ ਵੇਖੋ ਕੱਲ ਸਵੇਰ ਦੀ ਸੂਈ ਆ ਕੱਲ ਸਵੇਰ ਦੀ ਸੂਈ ਆ ਜੀ ਠੀਕ ਆ ਆ ਵੇਖੋ ਜੀ ਤੇ ਕਿੰਨਾ ਇਹਦੇ ਕੋਲ ਦੁੱਧ ਜੀ ਬੋੜਾ ਇਹਦੇ ਕੋਲ ਪਿੰਡ ਸਾਹਿਬ 8 ਕਿਲੋ ਕੱਢਿਆ ਜੀ 8 ਕਿਲੋ ਖਾਲੀ ਨਹੀਂ ਕੀਤੀ ਸਾਰੀ ਠੀਕ ਆ ਬਾਕੀ 14-15 ਕਿਲੋ ਚਵਾਉਂਦੀ ਆ ਹੱਬ ਦੀ ਪੂਰੀ ਹੈ ਵੀ ਹੈ ਸੋਹਣੀ ਆ ਚੌੜੀ ਚੂੜੀ ਵੇਖੋ ਕਿੰਨੀ ਆ ਚੰਗੀ ਚੌੜੀ ਆ ਹੈ ਪਿੱਠ ਬੋੜਾ ਚੰਗਾ ਚੌੜਾ ਵਾ ਥਾਣ ਬੜਾ ਸੋਹਣਾ ਲੱਗਾ ਇਹਨੂੰ ਆ ਵੇਖ ਥਣਾ ਦਾ ਗੈਪ ਬਹੁਤ ਕੁਆਲਿਟੀ ਦੀ ਆ ਗਿੱਠ ਗਿੱਠ ਤੇ ਥਣ ਲੱਗਾ ਪਿੰਡ ਸਾਹਿਬ ਦੁੱਧ ਵਾਲੀ ਝੋਟੀ ਆ ਜੀ 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 ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਜੀ ਦੁੱਧ 15 ਕਿਲੋ ਚਵਾਊਗੀ ਠੀਕ ਆ ਤੇ ਇਹਦਾ ਕਿੰਨਾ ਕਰ ਦੇਣਾ ਮੁੱਲ ਜੀ ਮੁੱਲ ਜੈ ਜੀ ਆਪਾਂ ਕਰਨਾ ਦੱਸੋ 90,000 ਦੀ ਦੇ ਦਾ ਮਾਣ ਦਾਣ ਛੋੜ ਕਰਨਾ ਕਿੰਨੀ ਕਾ 1,000 ਰੁਪਏ ਇੱਕ ਘੱਟ 90 ਦੀ ਹੋਰ ਹੈਗੀਆਂ ਕਿੰਨੇ ਦੀ ਦੇਣੀ ਲਾਸਟ ਏ 1,000 ਘੱਟ 90 ਦੀ ਦੇ ਦਾ ਇੱਕ 99,000 ਦੀ ਹੋ ਗਈ ਹਨਾ ਹਾਂਜੀ ਬਾਕੀ ਮੌਕੇ ਤੇ ਭੈਣ ਭਰਾ ਛੋੜ ਕਰਾ ਲਾ ਛੋੜ ਕਰਨਾ ਠੀਕ ਆ ਜੀ ਅੱਗੇ ਦਿਖਾਈ ਹੋਰ ਦੋ ਕੱਟੇ ਵੇਚਣੀਆਂ ਵੀ ਹਾਂਜੀ ਇਹਦਾ ਸਭ ਤੋਂ ਲਾਗੋਂ ਫੜੀ ਦਿੰਦਾ ਠੀਕ ਆ ਇਹ ਭਾਜੀ ਕੋਹੇ ਨੂਰ ਦਾ ਟੀਕਾ 14 ਮਹੀਨਿਆਂ ਦੀ ਕੱਟੀ ਆ ਠੀਕ ਆ ਤੇ ਥਣ ਦੀ ਕੁਆਲਿਟੀ ਵੇਖੋ ਥਣ ਕਿਹੜਾ ਕਿਹੜਾ ਲੰਮਾ ਜੀ ਥਣ ਬਹੁਤ ਸੋਹਣਾ ਲੱਗਾ ਜੀ ਆ ਵੇਖੋ ਇਹ ਕੋਹੇ ਨੂਰ ਦੀ ਆ ਕੋਹੇ ਨੂਰ ਦਾ 14 ਮਹੀਨਿਆਂ ਦੀ ਕੱਟੀ ਆ 14 ਮਹੀਨਿਆਂ ਦੀ ਆ ਦੂਜੀ ਜਿਹੜੀ ਦੂਜੀ ਇਹ ਭਾਜੀ 18 ਮਹੀਨਿਆਂ ਦੀ 18 ਮਹੀਨਿਆਂ ਦੀ ਤੇ ਸਿੰਘ ਦੀ ਕੁਆਲਿਟੀ ਇਹਦੀ ਚੰਗੀ ਆ ਹਾਂਜੀ ਆ ਵੇਖੋ ਜੀ ਤੇ ਇਹਨਾਂ ਦਾ ਭਾਜੀ ਮੁੱਲ ਕਿੰਨਾ ਕਿੰਨਾ ਕਰਨਾ ਆਪਾਂ ਮੁੱਲ ਆਪਾਂ ਜੈ ਜੀ ਕਰ ਦੇਣਾ ਕਿੰਨਾ ਕਾ ਮੁੱਲ 32-32,000 ਦੀ ਦੇ ਦਾਂਗੇ 32-32 64,000 ਦਾ ਜੋੜਾ 64,000 ਦਾ ਜੋੜਾ ਦੇ ਦਾਂਗੇ ਠੀਕ ਆ ਮੌਕੇ ਦੇ ਮਾਣ ਤਾਣ ਕਰ ਦੇ ਥੋੜਾ ਛੋੜ ਕਰ ਦਾਂਗੇ ਪਿੰਡ ਸਾਹਿਬ ਟੀਕੇ ਬੜੇ ਬੜੇ ਮਹਿੰਗੇ ਲਵਾਏ ਜੀ ਹਾਂਜੀ ਹਾਂਜੀ ਇਹ ਕਰਦੀਆਂ ਮੱਝਾਂ ਦੀਆਂ ਕੱਟੀਆਂ ਅੱਛਾ ਕਰਦੀਆਂ ਵਾ ਕਰਦੀਆਂ ਮੱਝਾਂ ਦੀਆਂ ਠੀਕ ਆ ਠੀਕ ਆ ਸਹੀ ਆ ਇਧਰ ਅੱਛਾ ਆ ਵੈੜ ਆ ਭਾਜੀ ਹਾਂਜੀ ਭਾਜੀ ਸੂਆ ਇਹਦਾ ਕਿੰਨਾ ਦੂਜਾ ਸੂਆ ਭਾਜੀ ਦਿਨ ਕਿੰਨੇ ਲੈ ਜੂ ਦਿਨ 5-4 ਲੈ ਜੂ 5-4 ਦਿਨ ਲੈ ਜੂ ਹਾਂਜੀ ਠੀਕ ਆ ਖਲਾਰ ਦੇ ਪਖ ਕਿੰਨੇ ਕ ਦੁੱਧ ਵਾਲੀ ਆ ਦੁੱਧ ਭਾਜੀ 16 ਕਿਲੋ ਕੱਢਿਆ ਪਹਿਲਣ ਨੇ ਹਾਂਜੀ ਐਰਗੀ 18-19 ਕਿਲੋ ਜਾਊਗੀ ਠੀਕ 18-19 ਕਿਲੋ ਜਾਊਗੀ ਆਪਾਂ 20 ਨਹੀਂ ਆਂਦੇ ਬਿਲਕੁਲ ਜਾਇਜ਼ ਜਮਾ ਸੀਲ ਠੰਡੀ ਆ ਵੀਰ ਜੀ
ਆਹ ਵੇਖੋ ਜੀ ਘਰੋਂ ਚੱਕ ਠੰਡੀ ਸੀਲ ਆ, ਮੱਝਾਂ ਵਾਲਾ ਦੁੱਧ ਆ ਭਾਜੀ ਇਹਨਾਂ ਦਾ। ਹਾਂਜੀ ਹਾਂਜੀ, ਬਾਕੀ ਸ਼ਾਹੀ ਆਲ ਨੂੰ ਬਹੁਤ ਵੀਰ ਪਸੰਦ ਕਰਦੇ ਆ, ਚੰਗੀ ਸੋਹਣੀ ਸੁਨੱਖੀ ਆ ਜੀ। ਤੇ ਇਹਦਾ ਕਿੰਨਾ ਕਰੋਗੇ ਮੁੱਲ ਜੀ? ਪਿੰਡਰ ਸਾਹਿਬ ਜਾਇਜ਼ ਹੀ ਮੁੱਲ ਪਾਉਣਾ ਆਪਾਂ। ਹਾਂਜੀ ਦੱਸੋ। ਇਹਦਾ 48,000 ਰੁਪਇਆ। ਮਾਣਦਾਨ ਕਰ ਦੋਗੇ? ਮਾਣਦਾਨ ਕਰਾਂਗੇ ਵੀਰ ਜੀ। ਖੁੱਲਾ ਹੀ ਕਰ ਦੋਗੇ ਹਿਸਾਬ ਨਾਲ? ਨਹੀਂ ਜਾਇਜ਼ 1,000 ਰੁਪਇਆ ਛੋਟ ਕਰ ਦਾਂਗੇ। ਠੀਕ ਹੈ ਜੀ, ਠੀਕ ਹੈ। ਹੋਰ ਕਿਹੜੀ ਆ ਜੀ? ਬਸ ਇੰਨੀਆਂ ਪਾ ਦਈਏ ਪਿੰਡਰ ਸਾਹਿਬ ਅੱਜ। ਠੀਕ ਹੈ ਜੀ, ਠੀਕ ਹੈ। ਕਰਨੀ ਕੋਈ ਗੱਲਬਾਤ ਹੋਰ ਜੀ? ਗੱਲਬਾਤ ਭਾਜੀ, ਭੈਣ ਭਰਾਵਾਂ ਦਾ ਬਹੁਤ ਮਾਣ ਸਤਿਕਾਰ ਆ, ਬਹੁਤ ਜ਼ਿਆਦਾ ਪਿਆਰ ਦਿੰਦੇ ਆ ਆਪਣੇ ਨਿੱਕੇ ਵੀਰ ਨੂੰ। ਹਾਂਜੀ, ਮੇਰੀਆਂ ਭੈਣਾਂ, ਮੇਰੇ ਭਰਾ, ਮਾਤਾ, ਬਜ਼ੁਰਗ, ਸਾਡੇ ਪਿਓ ਬਰਾਬਰ ਜਿਹੜੇ ਬਜ਼ੁਰਗ ਆ ਜੀ, ਫੋਨ ਕਰਕੇ ਮੇਰੇ ਕੋਲ ਮਾਲ ਮੰਗਾਉਂਦੇ ਆ। ਹਾਂਜੀ ਹਾਂਜੀ ਹਾਂਜੀ। ਆਪਾਂ ਭਾਜੀ ਗਰੰਟੀ ਨਾਲ ਘੱਲੀ ਦੀਆਂ ਵਾ ਜੀ 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 ਜੀ। ਹਾਂਜੀ, ਪਿੰਡਰ ਸਾਹਿਬ ਬਹੁਤ ਧੰਨਵਾਦ ਜੀ। ਠੀਕ ਹੈ ਜੀ, ਵੀਡੀਓ ਨੂੰ ਸ਼ੇਅਰ ਕਰ ਦਿਓ ਜੀ।